सत श्रीकाल दोस्तों, मैं स्क्रॉल पंजाब तो गल कर रहा और साढ़े नाल इस टाइम लाभ सिंह उगोके ने जो सीएम चन्नी के खिलाफ भदौड़ तो सीट लड़ रहे ने, एक नौजवान बहुत वड्डा चैलेंज लेके बैठा है। पर अज वोटा वाले दिन जिवें ऐसे इंसीडेंट होंदे ने, तो लाभ सिंह उगोके नाल ऐसा इंसीडेंट होया। उगोके साहब की इंसीडेंट होया, मैं सुनिया तुहाडे ते 20 बंदे ने हमला किया, केड़ी जगह सी, किवें सी ते हुण तुसीं तंदरुस्त हो? हाँ जी हाँ जी, ठीक है जी। असीं नॉर्मली ना जिहड़े बूथ विजिट कर रहे सी भदौड़ दे विच, साडा अगला जिहड़ा मतलब पिंड सी उह सहणा सीगा जी। ਤੇ ਅਸੀਂ ਜਦੋਂ ਭਦੌੜ ਚੋਂ ਨਿਕਲੇ ਜੀ ਤਾਂ ਤਿੰਨ ਕੁੜੀ ਤੋਂ ਪਹਿਲਾਂ ਇੱਕ ਨਾ ਕਿਸਾਨ ਹੱਕ ਤੇਰਾ ਤੇਰਾ ਪੈਂਦੀ ਹੈ। ਅੱਛਾ ਜੀ। ਤੇ ਅਸੀਂ ਜਦੋਂ ਉੱਥੇ ਪਹੁੰਚੇ ਨਾ 20-25 ਉੱਥੇ ਨੌਜਵਾਨ ਖੜੇ ਸੀ ਜਿਹੜੇ ਨੇ ਇੱਕਦਮ ਕਾਰ ਤੇ ਹਮਲਾ ਕਰਤਾ ਜੀ। ਅੱਛਾ ਅੱਛਾ, ਕੀ ਚੀਜ਼ਾਂ ਸੀਗੀਆਂ ਉਹਨਾਂ ਕੋਲ, ਕੀ ਹਥਿਆਰ ਸੀ? ਨਹੀਂ ਹਥਿਆਰ ਤਾਂ ਨਹੀਂ ਸੀ ਕੋਈ ਹੈ ਜੀ। ਤੇ ਜਸਟ ਉਹ ਸੈਂਟਰ ਲੌਕ ਪੱਟ ਰਹੇ ਸੀਗੇ, ਸ਼ੀਸ਼ਿਆਂ 'ਚ ਮੁੱਕੀਆਂ ਮੱਕੀਆਂ ਮਾਰ ਰਹੇ ਸੀ ਤੇ ਮੂਹਰੇ ਬੋਨਟ ਤੇ ਚੜ ਗਏ ਉਹ। ਕਿਹੜੀ ਪਾਰਟੀ ਦੇ ਬੰਦੇ ਲੱਗਦੇ ਸੀਗੇ ਉਹ? ਲੱਗਦੇ ਨਹੀਂ ਜੀ, ਉਹ ਕਾਂਗਰਸ ਦੇ ਨਹੀਂ ਜੀ। ਅੱਛਾ, ਕਾਂਗਰਸ ਪਾਰਟੀ ਦੇ ਬੰਦੇ ਨੇ? ਵਿਸ਼ਾਲ ਆ ਮੁੰਡਾ, ਤੇ ਉਹਦੇ ਪਿਤਾ ਜੀ ਜਿਹੜੇ ਕਾਂਗਰਸ ਦੇ ਲੀਡਰ ਨੇ ਭਦੌੜ ਤੋਂ। ਰਾਤ ਨਾ ਐਕਚੁਅਲੀ ਸਾਡੇ ਪਿੰਡ ਉਹ ਵੋਟਾਂ ਦੀ ਖਰੀਦੋ ਫਰੋਖਤ ਕਰ ਰਹੇ ਸੀ, ਰਾਜਵਿੰਦਰ ਕੌਰ ਮੀਮਸਾ। ਤੁਸੀਂ ਫੜ ਲਏ ਸੀ, ਉਹ ਵੀਡੀਓ ਵਾਇਰਲ ਹੋਇਆ? ਨਹੀਂ ਹਾਂ ਜੀ, ਉਹ ਮੇਰੇ ਪਿੰਡ ਵਾਲਿਆਂ ਨੇ ਫੜੇ ਜੀ। ਅੱਛਾ ਹਾਂ, ਤੇ ਉਹ ਉਸੇ ਚੀਜ਼ ਦਾ ਕਰਕੇ ਜੀ, ਉਹ ਪ੍ਰੀ ਪਲਾਨ ਪਹਿਲੇ ਹੀ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਜਦੋਂ ਉਹ ਬਜਟ ਤੇ ਆਉਣਗੇ ਤਾਂ ਅਸੀਂ ਉਹਨਾਂ ਨੂੰ ਧੱਕੇ ਨਾਲ ਖੁਲਵਾ ਲਈ, ਸ਼ੀਸ਼ੇ ਖੁਲਵਾ ਲਏ ਸੀ? ਨਹੀਂ ਜੀ, ਬੱਚਤ ਰਹਿ ਗਈ ਜੀ। ਜੇ ਸ਼ੀਸ਼ੇ ਖੁਲਵਾ ਲਏ ਹੁੰਦੇ ਫਿਰ ਤਾਂ ਤੁਸੀਂ ਹਸਪਤਾਲ 'ਚ ਮਿਲਦੇ ਮੈਨੂੰ। ਠੀਕ ਹੈ ਜੀ। ਅੱਛਾ, ਤੇ ਸੀਐਮ ਚੰਨੀ ਦੇ ਖਿਲਾਫ ਚੋਣ ਲੜ ਰਹੇ ਹੋ ਤਾਂ ਹਾਦਸਾ ਹੋਇਆ ਇਹ? ਬਿਲਕੁਲ ਜੀ ਬਿਲਕੁਲ, ਇਹ ਤਾਂ ਹੈਗੀ ਆ, ਡੈਫੀਨੇਟਲੀ ਹੈ। ਤਾਂ ਮਤਲਬ ਉਹਨਾਂ ਨੂੰ ਕਾਂਗਰਸ ਨੂੰ ਆਪਦੀ ਹਾਰ ਦਿਖ ਰਹੀ ਹੈ ਸਪਸ਼ਟ? ਮੈਂ ਕਿਹਾ ਜੀ ਬੁਖਲਾਹਟ ਉਹਨਾਂ ਦੀ, ਸੁਪਨਾ ਸਾਫ਼ ਹੋਣ ਜਾ ਰਿਹਾ ਕਾਂਗਰਸ ਦਾ ਪੰਜਾਬ ਦੇ ਵਿੱਚੋਂ ਵੀ, ਤੇ ਸਭ ਤੋਂ ਪਹਿਲੇ ਨੰਬਰ ਤੇ ਭਦੌੜ 'ਚੋਂ, ਕਿਉਂਕਿ ਸੀਐਮ ਚੰਨੀ ਏਡਾ ਵੱਡਾ ਚਿਹਰਾ ਨੇ, ਇੱਕ ਆਮ ਚਿਹਰੇ ਤੋਂ ਹਾਰਨਾ ਪਸੰਦ ਨਹੀਂ ਕਰਨਗੇ, ਇਸ ਕਾਰਨ ਮੰਨਦੇ ਹੋ? ਜੀ ਦੇਖੋ ਇਹੀ ਆ ਜੀ, ਇਹੀ ਆ, ਸ਼ਰਮ ਆ ਰਹੀ ਆ ਉਹਨਾਂ ਨੂੰ ਕਿ ਪੰਜਾਬ ਦੇ ਲੋਕ ਐਤਕੀ ਜਿਹੜਾ ਆਮ ਘਰਾਂ ਦੇ ਬੱਚਿਆਂ ਨੂੰ ਜਿਹੜਾ ਉਹ MLA ਬਣਾਉਣ ਜਾ ਰਹੇ ਆ, ਤੇ ਉਹ ਜਿਹੜੇ ਪਤਾ ਨਹੀਂ ਕਿੰਨੇ 100 ਕਰੋੜਾਂ ਦੇ ਮਾਲਕ ਆ, ਤੇ ਉਹ ਉਹਨਾਂ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ। ਅੱਛਾ, ਤੁਸੀਂ ਫਿਰ ਬੱਚਤ ਕਿਵੇਂ ਕੀਤੀ ਆਪਦੀ? ਬੱਚਤ ਤਾਂ ਜੀ ਦੇਖੋ ਦੇਖੋ ਗੱਡੀ ਸੈਂਟਰ ਲੌਕ ਸੀਗੀ ਜੀ, ਤੇ ਸੈਂਟਰ ਲੌਕ ਹੋਣ ਕਰਕੇ ਜੀ ਤੁਹਾਡੇ ਕੋਲ ਇਨੋਵਾ ਸੀ ਜੀ, ਇਨੋਵਾ। ਅੱਛਾ ਜੀ ਜੀ, ਤੇ ਉਹ ਮਤਲਬ ਉਹਨਾਂ ਤੋਂ ਲੌਕ ਨਹੀਂ ਪੱਟਿਆ ਗਿਆ। ਤੁਹਾਡੇ ਨਾਲ ਕਿੰਨੇ ਲੋਕ ਸੀਗੇ, ਮੁਕਾਬਲਾ ਕੀਤਾ ਤੁਸੀਂ? ਨਹੀਂ ਜੀ, ਅਸੀਂ ਤਾਂ ਗੱਡੀ ਭਜਾਉਣ ਦੀ ਕਰੀ ਜੀ, ਮੁਕਾਬਲਾ ਕੀ ਕਰਨਾ ਸੀ, ਸਾਹਿਬ 3 ਜਣੇ ਸੀਗੇ, ਉਹ 25 ਬੰਦੇ ਸੀਗੇ। ਤੁਸੀਂ ਅੱਜ ਇਲੈਕਸ਼ਨ ਦੇ ਦਿਨ ਐਡੇ ਤਕੜੇ ਬੰਦੇ ਨਾਲ ਇਲੈਕਸ਼ਨ ਲੜ ਰਹੇ ਹੋ, ਪਰ ਤੁਹਾਨੂੰ ਆਪਦੇ ਲੋਕਾਂ ਤੇ ਇੰਨਾ ਭਰੋਸਾ ਕਿ ਤੁਸੀਂ ਤਿੰਨ ਜਣੇ ਜਾ ਰਹੇ ਹੋ ਬਸ? ਮੈਂ ਕਿਹਾ ਜੀ ਮੇਰੇ ਤਾਂ ਲੋਕਾਂ ਕਰਕੇ ਆ ਜੀ, ਮੇਰੀ ਹੈਸੀਅਤ ਕੀ ਆ, ਮੈਂ ਤਾਂ ਮੇਰੇ ਹਲਕੇ ਦੇ ਲੋਕਾਂ ਕਰਕੇ ਆ ਜੀ। ਜੀ, ਹਲਕੇ 'ਚ ਤਾਂ ਚਰਚਾ ਇਹੀ ਆ ਜੀ ਕਿ ਆਮ ਘਰਾਂ ਦੇ ਬੱਚੇ ਮਰਵਾਉਣੇ ਥੋੜੀ ਆ ਜੇ ਉਹਨਾਂ ਨੂੰ ਇਹ ਟੱਕਰ ਦੇ ਰਹੇ ਆ। ਅੱਛਾ ਅੱਛਾ, ਤੇ ਕੋਈ ਮਾਪਿਆਂ ਨੂੰ ਬਹੁਤ ਟੈਂਸ਼ਨ ਹੋ ਗਈ ਹੋਣੀ ਆ ਕਿ ਤੁਸੀਂ? ਨਹੀਂ ਜੀ, ਮੈਂ ਮੇਰੇ ਫੈਮਿਲੀ ਨਾਲ ਘਰੇ ਮੰਮੀ ਡੈਡੀ ਨਾਲ ਗੱਲ ਕਰ ਲਈ, ਉਹਨਾਂ ਨੂੰ ਦੱਸਤਾ, ਬਾਕੀ ਮੈਂ ਫੇਸਬੁੱਕ ਤੇ ਵੀਡੀਓ ਪਾ ਦਿੱਤੀ ਆ। ਬੜੇ NRI ਭਰਾਵਾਂ ਦੇ ਪੰਜਾਬ ਦੇ ਵਿੱਚੋਂ ਵੀ ਤੇ ਹਲਕੇ ਭਦੌੜ ਚੋਂ ਬੜੀਆਂ ਕਾਲਾਂ ਆ ਰਹੀਆਂ ਸੀ ਵੀ ਕੀ ਬਣਿਆ, ਵੀ ਕੋਈ ਸੱਟ ਤਾਂ ਨਹੀਂ ਲੱਗੀ, ਪਰ ਮੈਂ ਵੀਡੀਓ ਥਰੂ ਆਪਣੇ ਜਿਹੜਾ ਫੇਸਬੁੱਕ ਪੇਜ ਮੈਂ ਦੱਸ ਦਿੱਤਾ ਕਿ ਵੀ ਏਡਾ ਮੈਂ ਠੀਕ ਠਾਕ ਆ, ਕਿਉਂਕਿ ਸੈਂਟਰ ਲੌਕ ਸੀ। ਤੁਹਾਡੀਆਂ ਵੋਟਾਂ ਦਾ ਨੁਕਸਾਨ ਕੋਈ ਕੀਤਾ, ਧੱਕਾ ਪਛਾਈ ਹੋਈ ਕੋਈ ਵੋਟਾਂ ਦੇ ਲਈ ਜਾਂ ਕੁਛ? ਇਹ ਤਾਂ ਚੱਲਦਾ ਹੀ ਆ, ਕਿਉਂਕਿ ਜਿਹੜਾ ਹੁਣ CM ਲੜ ਰਿਹਾ ਤਾਂ ਉਹ ਤਾਂ ਧੱਕੇਸ਼ਾਹੀ ਤਾਂ ਕਰੂਗੀ, ਪਰ ਮੈਨੂੰ ਮੇਰੇ ਹਲਕੇ ਦੇ ਲੋਕਾਂ ਤੇ ਵਿਸ਼ਵਾਸ ਆ ਜੀ ਕਿ ਇੱਕ ਪਾਸੜ ਮੁਕਾਬਲਾ ਜੀ, ਜਿਹਨਾਂ ਨੂੰ ਮਰਜ਼ੀ ਧਮਕਾ ਦੇਣ ਅੰਦਰ ਝਾੜੂ ਦਾ ਬਟਨ ਲੱਪਣਗੇ। ਮੈਂ ਕਹਿੰਦਾ ਜੀ ਲੋਕਾਂ ਨੇ ਗਰਮ ਕਰੇ ਪਏ ਜੀ ਬਟਨ, ਜਿੱਥੇ ਜਾਂਦੇ ਆ ਪੋਲਿੰਗ ਬੂਥਾਂ ਤੇ ਬੜਾ ਸਾਥ ਮਿਲ ਰਿਹਾ। ਅੱਛਾ ਅੱਛਾ, ਉਗੋਕੇ ਸਾਹਿਬ, ਸਿਮਰਜੀਤ ਸਿੰਘ ਮਾਨ ਦਾ ਕਾਫੀ ਜਿਹੜਾ ਚੱਲ ਰਿਹਾ ਸੀ ਤੁਹਾਡੇ ਇਲਾਕੇ ਦੇ ਵਿੱਚ, ਪੂਰੇ ਜ਼ਿਲ੍ਹੇ ਦੇ ਵਿੱਚ, ਤੇ ਸਿਮਰਜੀਤ ਸਿੰਘ ਮਾਨ ਦਾ ਬੂਥ ਲੱਗਿਆ ਹੋਣਾ ਪਿੰਡਾਂ ਦੇ ਵਿੱਚ, ਤੇ ਉਹ ਨੁਕਸਾਨ ਨਹੀਂ ਹੋਏਗਾ ਤੁਹਾਨੂੰ? ਹਾਲਾਂਕਿ ਸਿਮਰਜੀਤ ਸਿੰਘ ਮਾਨ ਨੂੰ ਵੀ ਤੁਸੀਂ ਬਹੁਤ ਅੱਛਾ ਲੀਡਰ ਮੰਨਦੇ ਹੋਵੋਗੇ। ਦੇਖੋ ਜੀ, ਉਹਦਾ ਪਹਿਲਾਂ ਵੀ ਜਿਹੜੇ ਲੀਡਰ ਖੜੇ ਨੇ ਉਹਨਾਂ ਦਾ ਨੁਕਸਾਨ ਕੋਈ? ਦੇਖੋ ਜੀ, ਜਿਹੜਾ ਪਹਿਲਾਂ ਉਹਨਾਂ ਦਾ ਵੋਟ ਬੈਂਕ ਆ ਜੀ, ਉਹ ਤਾਂ ਉਹਨਾਂ ਕਾ ਤਾਂ ਹੈਗਾ ਹੀ ਆ ਜੀ, ਹਨਾ। ਪਰ ਐਤਕੀ ਆਮਦੀ ਐਤਕੀ ਲੋਕ ਵੀ ਦੇਖਦੇ ਆ ਕਿ ਜੇਤੂ ਘੋੜਾ ਕੌਣ ਆ, ਤੇ ਹਰ ਇੱਕ ਉਹਦੇ ਤੇ ਦਾਅ ਲਾਉਣਾ ਚਾਹੁੰਦੇ ਆ। ਪਰ ਉਹ ਜਿਹੜੇ ਬੰਦੇ ਸਿਮਰਜੀਤ ਸਿੰਘ ਮਾਨ ਨੂੰ ਪਸੰਦ ਕਰਦੇ ਨੇ, ਉਸ ਬੈਲੈਂਸ ਜੇ ਬੰਦੇ ਨੇ ਉਹੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਨੇ, ਫਿਰ ਤੁਹਾਨੂੰ ਲੱਗਦਾ ਨੀ ਵੀ ਤੁਹਾਨੂੰ ਨੁਕਸਾਨ ਜ਼ਿਆਦਾ ਹੋਣਾ? ਨਹੀਂ ਜੀ, ਆਮ ਆਦਮੀ ਪਾਰਟੀ ਦਾ ਕੇਡਰ ਬੇਸ ਬਹੁਤ ਵਧੀਆ ਜੀ, ਹਲਕਾ ਭਦੌੜ ਦੇ ਤਾਂ ਅਰਵਿੰਦ ਕੇਜਰੀਵਾਲ ਜੀ ਵੀ ਮੰਨਦੇ ਆ ਕਿ ਬਹੁਤ ਸਟਰੋਂਗ ਸੀਟ ਆ ਸਾਡੀ। ਤੇ ਅੱਛਾ, ਕਿਆਮਤ ਦੀ ਰਾਤ ਹੁੰਦੀ ਹੈ ਜਿਹੜੀ ਇਲੈਕਸ਼ਨ ਤੋਂ ਪਹਿਲਾਂ, ਤੁਹਾਡੇ ਪਾਸੇ ਤਾਂ ਨਹੀਂ ਬਦਲਾ ਗਈ ਕਿਤੇ, ਰਾਤ ਨੂੰ ਕੀ ਕੁਝ ਹੋਇਆ, ਕੀ ਨੋਟ ਕੀਤਾ ਤੁਸੀਂ? ਉਹ ਰਾਤ ਨੂੰ ਜੀ FIR ਹੋਈ ਹੈ ਜੀ, ਇਹਦੇ ਰਾਜਵਿੰਦਰ ਕੌਰ ਮੀਮਸਾ ਤੇ। ਅੱਛਾ, ਇਹ ਜਿਹੜਾ ਕਾਂਗਰਸੀ ਲੀਡਰ ਆ ਉਹਦੇ ਮੁੰਡਾ, ਉਹਦੇ ਪਿਓ ਤੇ, ਇਸੇ ਕਰਕੇ ਉਹਨਾਂ ਨੇ ਜਿਹੜਾ ਸਾਡੇ ਤੇ ਉਹ ਹਮਲਾ ਕਰਵਾਇਆ ਜੀ। ਅੱਛਾ, ਉਹ ਕਹਿੰਦੇ ਸੀ ਪੈਸੇ ਵੰਡ ਰਹੇ ਸੀ, ਜਾਂ ਜਿਹਨਾਂ ਲੋਕਾਂ ਨੇ ਵੀ ਪੈਸੇ ਲੈ ਲਏ ਹੋਣਗੇ ਤਾਂ ਉਹ ਤੁਹਾਡੇ ਨਾਲ ਹੁੰਦੇ ਸੀ, ਉਹ ਬਦਲ ਜਾਣਗੇ?
ਨਹੀਂ 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 ਜੀ, ਕੋਈ ਨੀ ਬਦਲਦਾ ਜੀ। ਲੋਕ ਤਾਂ ਸਿੱਖ ਹੀ ਕਹਿੰਦੇ ਆ ਵੀ ਲੈ ਲਓ ਜਿਹੜਾ ਕੁਛ ਸਾਡਾ ਹੀ ਆ, ਤੇ ਲੋਕ ਬਦਲਦੇ ਨਹੀਂ। ਲੋਕ ਤਾਂ ਇੱਕ ਇੱਕ ਲਹਿਰ ਬਣ ਚੁੱਕੀ ਆ ਜੀ ਆਮ ਆਦਮੀ ਪਾਰਟੀ ਦੀ, ਬੇਬਾਜੀ ਬੜੀ। ਪਰ ਉਗੋਕੇ ਸਾਹਿਬ ਬੜੀ ਮੰਦਭਾਗੀ ਖਬਰ ਹੈ, ਬੜਾ ਦੁੱਖ ਲੱਗਦਾ ਕਿਉਂਕਿ ਹੁਣੇ ਹੁਣੇ ਦੀਪ ਸਿੰਘ ਸਿੱਧੂ ਐਡਾ ਹੋਣਹਾਰ ਨੌਜਵਾਨ ਸਾਡੇ ਚੋਂ ਗਿਆ, ਤੁਸੀਂ ਵੀ ਹੋਣਹਾਰ ਹੋ, ਪਰ ਅਚਾਨਕ ਇਹਨਾਂ 20-25 ਬੰਦਿਆਂ ਵੱਲੋਂ ਹਮਲਾ ਕਰ ਦਿੰਦਾ ਤੇ ਗੱਡੀ ਜੇ ਖੁੱਲ ਜਾਂਦੀ ਤਾਂ ਤੁਹਾਡਾ ਨੁਕਸਾਨ ਹੋ ਜਾਣਾ ਸੀ। ਇਹ ਗੱਲ ਦਾ ਡਰ ਨਹੀਂ ਤੁਸੀਂ ਕਿਸੇ ਮੈਨੂੰ ਹੋ ਸਕਦਾ ਮੈਂ ਨਾ ਵੀ ਤੁਹਾਡੇ ਨਾਲ ਗੱਲ ਕਰ ਪਾਉਂਦਾ ਹਨਾ, ਕਿਉਂਕਿ ਬੜੇ 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 ਜ਼ਬਰਦਸਤ ਤਰੀਕੇ ਨਾਲ ਆ ਕੇ ਉਹਨਾਂ ਬੰਦਿਆਂ ਨੇ ਇੱਕੇ ਦਮ ਕਾਰ ਤੇ ਹਮਲਾ ਕਰਿਆ ਸੀ। ਵੀਡੀਓ ਦੀਆਂ ਜਿਹੜੀਆਂ ਸੀਸੀਟੀਵੀ ਤੁਸੀਂ ਇਹ ਬੁਖਲਾਹਟ ਦੇ ਵਿੱਚ ਆਈਆਂ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹੀ ਇਹੋ ਜਿਹੇ ਹਮਲੇ ਕਰਦੀਆਂ ਨੇ, ਕਿਉਂਕਿ ਜਿਹੜਾ ਲੋਕਤੰਤਰ ਹੈ ਨਾ, ਵੋਟਾਂ ਦਾ ਜ਼ੋਰ ਲੋਕਾਂ ਦੇ ਹੱਥ ਦੇ ਵਿੱਚ ਆ, ਲੋਕਾਂ ਨੇ ਆਪਦੀ ਮਰਜ਼ੀ ਨਾਲ ਪਾਉਣੇ ਆ, ਪਰ ਧੱਕੇ ਸ਼ਾਹੀ ਨਾਲ ਕਿੰਨੀਆਂ ਕੁ ਵੋਟਾਂ ਪਵਾ ਦੇਣਗੇ। ਤੇ ਮੈਂ ਤੁਹਾਨੂੰ ਵੀਡੀਓ ਜਿਹੜੇ ਸੀਸੀਟੀਵੀ ਫੁਟੇਜ ਆ ਜੀ ਉਹ ਭੇਜ ਦਾਂਗੇ, ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਗੱਡੀ ਤੇ ਚੜੇ ਤੇ ਕਿਵੇਂ ਸਾਡੇ ਸੈਂਟਰ ਲੋਕ ਭੰਨਣ ਦੀ ਕੋਸ਼ਿਸ਼ ਕਰੀ ਆ, ਤੇ ਉਹ ਤਾਂ ਜੀ ਵਾਰਨਰ ਤੇ ਚੜ ਗਿਆ, ਅਸੀਂ ਤਾਂ ਆਪਦੀ ਜਾਨ ਬਚਾ ਕੇ ਭੱਜੇ ਆ ਜੀ ਉੱਥੋਂ। ਚਲੋ ਹਜੇ 2-3 ਘੰਟੇ ਹੋਰ ਪਏ ਨੇ ਵੋਟਾਂ ਦੇ ਵਿੱਚ, ਉਮੀਦ ਇਹੀ ਕਰਦੇ ਆ ਕਿ ਤੁਸੀਂ ਆਪਣੀ ਬਚਤ ਜ਼ਰੂਰ ਬਣਾਈ ਰੱਖਿਓ। ਸਾਰੇ ਪੰਜਾਬ ਦੇ ਲੀਡਰਾਂ ਨੂੰ ਬਚਤ ਕਰਨ ਲਈ ਕਹਿ ਰਹੇ ਆ, ਤੇ ਪਰ ਤੁਸੀਂ ਆਪਣੀ ਵੀਡੀਓ ਰਿਕਾਰਡਿੰਗ ਸਾਨੂੰ ਭੇਜ ਦਿਓ ਤਾਂ ਕਿ ਪਤਾ ਲੱਗ ਜਾਵੇ, ਵੀ ਕਲੀਅਰ ਹੋ ਜਾਵੇ ਵੀ ਸੱਚਮੁੱਚ ਐਸਾ ਕੁਝ ਹੋਇਆ। ਬਿਲਕੁਲ ਜੀ, ਮੈਂ ਭੇਜ ਦਿੰਦਾ ਜੀ, ਉਹ ਬਾਕੀ ਪ੍ਰਸ਼ਾਸਨ ਨੇ ਹੁਣ ਸਾਨੂੰ 3 ਜਿਹੜੇ ਉਹ ਪੁਲਿਸਮੈਨ ਦੇ ਦਿੱਤੇ ਆ ਜੀ। ਤੇ ਹੁਣ ਇਸ ਤੋਂ ਬਾਅਦ ਕੋਈ ਡਰ ਦੇ ਵਿੱਚ ਤਾਂ ਨਹੀਂ ਕਰ ਰਹੇ ਲੋਕਾਂ ਦੇ ਵਿੱਚ, ਵਿਚਰ ਰਹੇ ਕਿ ਉਵੇਂ ਵਿਚਰ ਰਹੇ ਹੋ? ਨਹੀਂ 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 ਜੀ, ਡਰ ਕਾਹਦਾ ਜੀ, ਦੇਖੋ ਇੱਕ ਚੀਜ਼ ਆ ਵੀ ਜਾਣਾ ਤਾਂ ਇੱਕ ਦਿਨ ਦੁਨੀਆਂ ਤੋਂ ਹੈਗਾ ਹੀ ਆ, ਠੀਕ ਆ, ਪਰ ਇਹ ਨਹੀਂ ਵੀ ਕਿਸੇ ਦੇ ਅੱਗੇ ਝੁੱਕ ਕੇ ਨਹੀਂ ਜਾਣਾ। ਅੱਛਾ, ਕੋਈ ਗੱਡੀ ਦਾ ਨੁਕਸਾਨ ਉਹਨਾਂ ਨੇ ਕੀਤਾ ਹੋਵੇ ਨਾਲ ਦੇ ਬੰਦਿਆਂ ਦਾ ਨੁਕਸਾਨ? ਨਹੀਂ ਨਹੀਂ, ਗੱਡੀ ਦੇ ਵਿੱਚ ਦੇਖੋ ਸੈਂਟਰ ਲੌਕ ਸੀ ਗੱਡੀ, ਨੁਕਸਾਨ ਤਾਂ ਸਿਰਫ ਉਹਨਾਂ ਨੇ ਸੈਂਟਰ ਲੌਕ ਜਿਹੜੇ ਹੈਂਡਲ ਆ ਉਹ ਪੱਟ ਲਏ ਤੇ ਹੋਰ ਕੋਈ ਨੁਕਸਾਨ ਨਹੀਂ। ਅੱਛਾ ਅੱਛਾ, ਇੱਥੋਂ ਤੱਕ ਪਹੁੰਚੇ, ਤੁਹਾਨੂੰ ਬਾਹਰ ਕੱਢਣਾ ਚਾਹੁੰਦੇ ਸੀ ਉਹ? ਜੀ 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 ਜੀ, ਅਸੀਂ ਤੁਹਾਨੂੰ ਗੱਡੀ ਦੀ ਕਲਿਪਿੰਗ ਭੇਜ ਦਾਂਗੇ ਜੀ ਜਿਹੜਾ ਉਹਨਾਂ ਨੇ ਜਿਹੜਾ ਪੱਟਿਆ। ਬਹੁਤ ਇਹ ਤਾਂ ਵੱਡੀ ਗੱਲ ਹੈ, ਤੇ ਫਿਰ ਇਹਦੇ ਵਾਸਤੇ ਮੰਨ ਲਓ ਜੇ ਤੁਸੀਂ ਕੱਲ ਨੂੰ MLA ਬਣਦੇ ਹੋ ਤਾਂ ਜਿਹੜੇ ਬੰਦੇ ਪਾਵਰਾਂ ਚ ਹੋ ਜਾਂਦੇ ਹੋ ਬਾਅਦ ਦੇ ਵਿੱਚ ਪਾਵਰ ਦਾ ਨਸ਼ੇ ਦੇ ਨਾਲ ਐਸਾ ਕੁਝ ਕਰਦੇ ਹੋ, ਤੁਹਾਡੇ ਤੋਂ ਨਹੀਂ ਇਹੋ ਜਿਹਾ ਕੁਝ ਕੀਤਾ ਜਾਂਦਾ? ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਜੀ। ਉਹ ਇਹ ਆ ਕਿ ਕਈ ਵਾਰੀ ਲੋਕ ਗੁੰਮਰਾਹ ਹੋ ਜਾਂਦੇ ਆ, ਅਸੀਂ ਸੱਚ ਦੀ ਲੜਾਈ ਲੜੇ ਆ, ਅਸੀਂ ਕਿਸੇ ਦੇ ਪਰਚਾ ਨਹੀਂ ਕਰਾਉਣਾ। ਹਾਂ ਇਹ ਜ਼ਰੂਰ ਆ ਕਿ ਹੁਣ SIR ਪੁਲਿਸ ਨੇ ਕਰੀ ਆ, ਪਰ ਇਹ ਨਹੀਂ ਹੈਗਾ ਕਿ ਸੱਤਾ ਚਾ ਕੇ ਅਸੀਂ ਉਹਨਾਂ ਤੋਂ ਬਦਲਾਖੋਰੀ ਕਰਾਂਗੇ, ਕਿਉਂਕਿ ਬਦਲਾਖੋਰੀ ਦੀ ਰਾਜਨੀਤੀ ਤਾਂ ਅਸੀਂ ਖਤਮ ਕਰਨੇ ਆਏ ਆ ਜੀ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਤੁਸੀਂ, ਉਹ ਵੀ ਸਾਡੇ ਬਤੌਰ ਸਕਰੋਲ ਚੈਨਲ ਵਾਸਤੇ ਪੱਤਰਕਾਰ ਵੱਲੋਂ ਮੈਂ ਔਰ ਅਦਾਰਾ ਤੁਹਾਡੇ ਲਈ ਅਫਸੋਸ ਕਰਦਾ ਕਿ ਵੋਟਾਂ ਵਾਲੇ ਦਿਨ ਐਸੇ ਕੁਛ ਹੋ ਜਾਂਦੇ ਨੇ, ਪਰ ਤੁਹਾਡੇ ਵਰਗੇ ਨੌਜਵਾਨ ਮੁੰਡੇ ਦੇ ਨਾਲ ਆਮ ਘਰ ਝੋਟੇ ਬੰਦੇ ਦੇ ਨਾਲ ਧੜੱਲੇਦਾਰ ਲੋਕ ਧੱਕਾ ਕਰਨ, ਉਹ ਬਹੁਤ ਮੰਦਭਾਗੀ ਖਬਰ ਹੈ। ਤੇ ਸਾਡੀ ਕੋਈ ਜ਼ਰੂਰਤ ਹੋਵੇ ਤਾਂ ਇਸ ਮਾਮਲੇ ਦੇ ਵਿੱਚ ਅਸੀਂ ਇਹ ਖਬਰ ਵੀ ਲਾਉਣ ਲੱਗੇ। ਮੈਂ ਮੀਡੀਆ ਦਾ ਧੰਨਵਾਦ ਕਰਦਾ ਜੀ ਕਿ ਸਵੇਰ ਤੋਂ ਮੇਰੀ ਜਿਹੜੀ ਆਵਾਜ਼ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਜਾ ਰਿਹਾ ਜੀ, ਮੀਡੀਆ ਦਾ ਤਾਂ ਮੈਂ ਦੇਣਾ ਨਹੀਂ ਦੇ ਸਕਦਾ ਜੀ। ਜੀ ਜੀ, ਬਹੁਤ ਸ਼ੁਕਰੀਆ ਜੀ ਲਾਭ ਸਿੰਘ। ਲਾਭ ਸਿੰਘ ਗੁੱਗੋ ਕੇ ਇਹਨਾਂ ਤੇ ਅੱਜ ਹੁਣੇ ਹੁਣੇ ਹਮਲਾ ਹੋਇਆ, ਕਹਿੰਦੇ ਕਾਂਗਰਸੀ ਵਰਕਰਾਂ ਨੇ ਕੀਤਾ, ਕਿੱਡੀ ਮੰਦਭਾਗੀ ਤੇ ਗਿਰੀ ਹੋਈ ਹਰਕਤ ਹੈ ਜੇ ਹਮਲਾ ਕੀਤਾ ਗਿਆ, ਗੱਡੀ ਖੋਲਣ ਦੀ ਕੋਸ਼ਿਸ਼ ਕੀਤੀ ਗਈ, ਹੈਂਡਲ ਪੱਟੇ ਗਏ, ਪਰ ਇਹ ਬਹੁਤ ਮੰਦਭਾਗੀ ਖਬਰ ਹੈ। ਸੋ ਲਾਭ ਸਿੰਘ ਗੁੱਗੋ ਕੇ ਸਾਡੇ ਨਾਲ ਸੀਗੇ, ਅੱਜ ਚੋਣਾਂ ਦੇ ਵਿੱਚ 2-3-4 ਘੰਟੇ ਰਹਿ ਗਏ ਨੇ, ਰਿਜ਼ਲਟ ਉਹਨਾਂ ਦੇ ਵਿੱਚ ਬੰਦ ਹੋ ਜਾਣਾ ਤੇ ਉਸ ਤੋਂ ਬਾਅਦ